ਮੈਂ ਜੀ, ਮੈਂ ਡਾਕਟਰ ਅਮਰਜੀਤ ਕੌਰ, ਇਬਨ ਕਲਾਂ, ਇਬਨ ਸਾਡਾ ਪਿੰਡ ਹੈ ਝਬਾਲ ਰੋਡ। ਕੀ ਕਹਿਣਾ ਚਾਹੋਗੇ, ਜਿਹੜੀ ਕਿਤਾਬ ਲਿਖੀ ਤੁਸੀਂ, ਕੀ ਸੋਚ ਕੇ ਲਿਖੀ ਆ, ਕੀ ਸੁਨੇਹਾ ਕਿਤਾਬ ਦੇ ਵਿੱਚ? ਮੈਂ ਜੀ, ਉਹ ਮਹਾਂਪੁਰਖ ਦਾ ਜੀਵਨ ਇਸ ਕਿਤਾਬ 'ਚ ਨਿਰੂਪਣ ਕੀਤਾ, ਜਿਹੜੀ ਕਿ ਵਿਰਲੀ ਸ਼ਖਸੀਅਤ ਸਨ, ਜਿਨ੍ਹਾਂ ਦੇ ਤੁਲ ਸ਼ਾਇਦ ਹੀ ਕੋਈ ਐਡਾ ਮਹਾਂਪੁਰਖ ਹੋਵੇ, ਜਿਨ੍ਹਾਂ ਦਾ ਨਾਅਰਾ ਸੀ ਸਿਰ ਜਾਵੇ ਤੇ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਇਹ ਬਹੁਤ ਵੱਡਾ ਨਾਅਰਾ ਜਿਹੜਾ ਉਹਨਾਂ ਨੇ ਅਖੀਰ ਤੱਕ ਨਿਭਾਇਆ। ਜਦੋਂ ਉਹਨਾਂ ਦਾ ਐਕਸੀਡੈਂਟ ਹੋ ਗਿਆ, ਉਹ ਪੁਜੀਸ਼ਨ ਆ ਗਈ ਕਿ ਇਹ ਬਚ ਸਕਦੇ, ਡਾਕਟਰਾਂ ਨੇ ਕਿਹਾ ਇਹ ਬਚ ਸਕਦੇ, ਪਰ ਜੇ ਇਹਨਾਂ ਦੇ ਸਰੀਰ ਦੇ ਰੋਂਗ ਕੱਟੇ ਜਾਣ, ਉਹਨਾਂ ਨੇ ਕਿਹਾ ਸੀ ਨਹੀਂ। ਉਹਨਾਂ ਦੇ ਸੇਵਾਦਾਰ ਹੋਰਨਾਂ ਦੇ ਕੋਲ ਵੀ ਗਏ, ਪਰ ਉਹਨਾਂ ਨੇ ਸਰੀਰ ਦੇ ਰੋਮ ਨਹੀਂ ਕੱਟਣ ਦਿੱਤੇ ਅਤੇ ਕਿਹਾ ਮੇਰਾ ਸਰੀਰ ਜਾਂਦਾ ਤਾਂ ਜਾਵੇ, ਮੇਰਾ ਸਿੱਖੀ ਸਦਕ ਨਹੀਂ ਜਾਣਾ ਚਾਹੀਦਾ। ਜਿਹੜਾ ਉਹਨਾਂ ਨੇ ਨਾਅਰਾ ਦਿੱਤਾ ਸੀ ਉਹਨੂੰ ਲਾਸਟ ਕੇਸਾਂ ਸਵਾਸਾਂ ਸੰਗ ਨਿਭਾਇਆ, ਇਹ ਉਹ ਸ਼ਖਸੀਅਤ ਹੈ। ਕਿੰਨਾ ਸਮਾਂ ਲੱਗਾ ਜੀ ਕਿਤਾਬ ਲਿਖਣ ਵਾਸਤੇ, ਕਦੋਂ ਤੋਂ ਸ਼ੁਰੂ ਹੋਇਆ ਸੀ? ਮੈਂ 3 ਸਾਲ ਲੱਗ ਹੀ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਐਮਰਜੈਂਸੀ ਦੀ ਕਾਲੀ ਹਨੇਰੀ ਝੁਲਦੀ ਪਈ ਸੀ, ਅਤੇ ਉਦੋਂ ਦਮਦਮੀ ਟਕਸਾਲ ਦੇ 13ਵੇਂ ਜਥੇਦਾਰ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਸਿੱਖੀ ਪ੍ਰਚਾਰ ਦਾ ਇੱਕ ਬੀੜਾ ਚੁੱਕਿਆ ਅਤੇ 37 ਨਗਰ ਕੀਰਤਨ ਪੂਰੇ ਪੰਜਾਬ 'ਚ 37ਵਾਂ ਰਾਮਲੀਲਾ ਮੈਦਾਨ ਦੇ ਵਿੱਚ ਦਿੱਲੀ ਲੈ ਕੇ ਗਏ। ਇੱਕ ਸੰਦੇਸ਼ ਹਿੰਦ ਹਕੂਮਤ ਨੂੰ ਚਲ ਗਿਆ ਸੀਗਾ ਕਿ ਸਿੱਖ ਝੁਕਾਇਆ ਝੁਕਦੇ ਨਹੀਂ, ਜੇ ਝੁਕਦੇ ਤਾਂ ਅਕਾਲ ਤਖਤ ਦੇ ਅੱਗੇ ਝੁਕਦੇ ਆ, ਜੇ ਝੁਕਦੇ ਆ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਝੁਕਦੇ, ਫੋਕੇ ਤਖਤ ਅੱਗੇ ਝੁਕਦੇ ਨਹੀਂ। ਸੋ 8 ਸਾਲਾਂ ਦੀ ਉਹਨਾਂ ਦੀ ਸੇਵਾ ਦੇ ਵਿੱਚ ਉਹਨਾਂ ਨੇ 80 ਸਾਲ ਜਿੰਨਾ ਪ੍ਰਚਾਰ ਕੀਤਾ ਅਤੇ ਦਿਨ ਵੀ ਅਤੇ ਰਾਤ ਵੀ ਅਣਥੱਕ ਜਿਹੜਾ ਪ੍ਰਚਾਰ ਜੇ ਕਿਸੇ ਨੇ ਕੀਤਾ, 20ਵੀਂ ਸਦੀ ਦੇ ਪ੍ਰਚਾਰ ਦੇ ਮੁਜਸਮੇ ਵਜੋਂ ਜੇ ਅੱਜ ਨਾਮ ਕਿਸੇ ਦਾ ਅੱਗੇ ਆਉਂਦਾ ਤਾਂ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ, ਅਤੇ ਉਹ ਇੱਕ ਵਾਹਦ ਸੰਤ ਵੀ ਅਤੇ ਸਿਪਾਹੀ ਵੀ ਜਿਹਨੇ ਆਪ ਆਪਣੇ ਸਪੁੱਤਰ ਦੀ ਸ਼ਹੀਦੀ ਦੀ ਅਰਦਾਸ ਵੀ ਕੀਤੀ। ਚਲੋ ਗੱਲ ਲੰਬੀ ਹੋ ਜਾਂਦੀ ਹੈ, ਅਤੇ ਉਸ ਪ੍ਰਚਾਰ ਦੇ ਗਰਾਊਂਡ ਨੂੰ ਫਿਰ ਬਾਖੂਬੀ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਅਤੇ ਭਾਈ ਅਮਰੀਕ ਸਿੰਘ ਜੀ ਨੇ ਸਾਂਭਿਆ ਸੀ, ਅਤੇ 1984 ਦੇ ਵਿੱਚ ਸੂਰਾ ਸੋ ਪਹਿਚਾਨੀਆਂ ਚੁੱਲਾ ਰਹਿ ਦੀਨ ਕੇ ਖੇਤ ਪੁਰਜਾ ਪੁਰਜਾ ਕੱਟ ਮਹਿਰ ਕਬੂ ਨਾ ਛਾਡਾ ਖੇਤ ਦੇ ਮੁੱਖ ਵਾਕ ਅਨੁਸਾਰ, ਅਤੇ ਅਕਾਲ ਤਖਤ ਸਾਹਿਬ 'ਤੇ ਸ਼ਹਾਦਤ ਜਿਹੜੀ ਪ੍ਰਾਪਤ ਕੀਤੀ ਸੀ। ਸੋ ਇੱਕ ਲਹਿਰ ਜਿਹੜੀ ਉੱਠੀ ਸੀ ਪ੍ਰਚਾਰ ਦੀ, ਪ੍ਰਸਾਰ ਦੀ, ਇੱਕ ਵਿਚਾਰ ਦੀ, ਜੋ ਵਿਚਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਆਉਂਦਾ ਸੀ, ਜੋ ਵਿਚਾਰ 1469 ਦੇ ਵਿੱਚ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਪ੍ਰਕਾਸ਼ਮਾਨ ਹੋਇਆ, ਉਸ ਪ੍ਰਚਾਰ ਨੂੰ, ਉਸ ਵਿਚਾਰ ਨੂੰ, ਉਹਦਾ ਪਸਾਰਾ ਕਰਨ ਦੇ ਲਈ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਅਤੇ ਇੱਕ ਸੰਘਰਸ਼ ਦਾ ਗਰਾਊਂਡ ਉਲੀਕਣ ਦੇ ਲਈ ਇੱਕ ਬਹੁਤ ਵੱਡਾ ਰੋਲ ਹੋਇਆ। ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ, ਸੋਸ਼ਲ ਯੁੱਗ ਬਾਅਦ 'ਚੋਂ ਆ, ਪਹਿਲਾਂ ਜੋ ਚਾਲ ਹੈ ਉਸ ਨੂੰ ਸਮਝਣਾ ਪਏਗਾ। ਕਿਸੇ ਵੀ ਲੜਾਈ ਦੇ ਵਿੱਚ, ਹੋਣ ਦੀ ਲੜਾਈ ਦੇ ਵਿੱਚ, ਕਿਸੇ ਸੰਘਰਸ਼ ਦੇ ਵਿੱਚ, ਕਿਸੇ ਚੀਜ਼ ਦੇ ਵਿੱਚ ਵੀ 90-95% ਕੰਮ ਵਿਚਾਰ ਦਾ ਅਤੇ ਪ੍ਰਚਾਰ ਦਾ ਹੁੰਦਾ ਹੈ, ਅਤੇ ਜੋ 84 'ਚ ਹੋਇਆ ਇੱਕ 5% ਸੀ, ਉਹ ਇੱਕ ਸਿਖਰ ਹੋ ਜਾਂਦੀ ਹੈ, ਕਿਉਂਕਿ ਸਭ ਸੱਚੇ ਪਾਤਸ਼ਾਹ ਸਾਹਿਬ ਕਮਾਲ ਵੀ ਕਹਿੰਦੇ ਆ ਕਿ ਚੁਕਾਰ ਅਜ਼ਹਮ ਹਾਲੀ ਅਤੇ ਦਰਗੁਜ਼ਸ ਹਲਾਲ ਅਸਤ ਬੁਰਦਨ ਵਾਹ ਸ਼ਮਸ਼ੀਰ ਦਸਤ, ਕਿ ਉਹ ਆਖਰੀ ਇੱਕ ਜਿਹੜਾ ਪੜਾਅ ਹੁੰਦਾ। ਪਰ 90-95% ਅੱਜ ਸਾਡੇ ਨੌਜਵਾਨਾਂ ਦੇ ਵਿੱਚੋਂ ਇਤਿਹਾਸ ਦਾ ਅਤੇ ਗੁਰਬਾਣੀ ਦਾ ਰੁਝਾਨ ਘਟਾ ਕੇ ਸੋਸ਼ਲ ਮੀਡੀਆ ਵੱਲ ਜਾਂ ਟਿਕਟੋਕ ਵੱਲ ਜਾਂ ਹੋਰ ਜਿਹੜੀਆਂ ਊਲ ਜਲੂਲ ਹੈ ਉਹਦੇ ਵੱਲ ਜ਼ਿਆਦਾ ਲਗਾਇਆ ਜਾ ਰਿਹਾ, ਤਾਂ ਕਿ ਆਪਾਂ ਆਪਣੀ ਵਿਲੱਖਣਤਾ, ਵੇਖੋ ਹਰ ਕੌਮ ਦੀ ਵਿਲੱਖਣਤਾ ਹੁੰਦੀ, ਸਾਡੀ ਵਿਲੱਖਣਤਾ ਸਾਡੀ ਗੁਰਬਾਣੀ ਅਤੇ ਸਾਡੇ ਇਤਿਹਾਸ ਨਾਲ ਜੁੜੀ ਹੋਈ ਹੈ। ਜੇ ਸਿੱਖ ਕਹਿੰਦਾ ਹੈ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਵੇ ਤਾਂ ਮਾਰ ਕੇ ਪੈਰ ਧਰੀਜਾ ਸਿਰ ਦੀਜਾ ਕਾਣ ਨਾ ਕੀਜਾ, ਤਾਂ ਬਾਬਾ ਦੀਪ ਸਿੰਘ ਨੇ ਸੀਸ ਤਲੀ 'ਤੇ ਧਰਿਆ ਵੀ ਹੈ।
ਸੋ ਉਹਦਾ ਇੱਕ ਜਿੱਥੇ ਫਿਜ਼ੀਕਲ ਰੂਪ ਬਾਬਾ ਦੀਪ ਸਿੰਘ ਦੇ ਰੂਪ ਦੇ ਵਿੱਚ ਸਾਡੇ ਕੋਲ ਸਾਹਮਣੇ ਆਇਆ, ਉੱਧਰ ਇੱਕ ਅਧਿਆਤਮਿਕ ਰੂਪ ਵੀ ਜਿਹੜਾ ਹੈ ਉਹ ਵੱਖੋ ਵੱਖਰੇ ਸਮੇਂ ਦੇ ਉੱਤੇ ਸਾਡੇ ਸਾਹਮਣੇ ਆਇਆ ਹੈ। ਸੋ ਉਹ ਇਤਿਹਾਸ ਨੂੰ ਜਦੋਂ ਤੱਕ ਆਪਾਂ ਉਜਾਗਰ ਰੱਖਾਂਗੇ ਤਾਂ ਸਾਨੂੰ ਸਾਡੀ ਜਿਹੜੀ ਅਹਿਮੀਅਤ ਹੈ ਗੁਰੂ ਕੀ ਜੋ ਸਾਡੇ ਮਨਾਂ ਦੇ ਵਿੱਚ ਭਾਵਨਾ ਉਜਾਗਰ ਰਹੇਗੀ ਅਤੇ ਇਤਿਹਾਸ ਤੋਂ ਸਾਨੂੰ ਸ਼ਕਤੀ ਮਿਲਦੀ ਹੈ, ਇਤਿਹਾਸ ਤੋਂ ਸਾਨੂੰ ਜੋਸ਼ ਮਿਲਦਾ ਹੈ, ਇਤਿਹਾਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ 1.25 ਲੱਖ ਬਰਾਬਰ ਹੈ। ਪਰ ਜੇ ਨਾ ਆਪਾਂ ਇਤਿਹਾਸ ਪੜ੍ਹਾਂਗੇ ਨਾ ਗੁਰਬਾਣੀ ਤੋਂ ਸੇਧ ਲਵਾਂਗੇ ਤਾਂ ਮੈਂ ਤਾਂ ਦੱਸਦਾ ਇਹ ਬੇਨਤੀ ਕਰਦਾ ਹੁੰਦਾ ਹੈ ਕਿ ਸਾਡੇ ਜੀਵਨ ਦਾ ਅੰਗ ਨਹੀਂ ਗੁਰਬਾਣੀ ਅਤੇ ਇਤਿਹਾਸ ਹੋਣਾ ਚਾਹੀਦਾ, ਸਾਡਾ ਤਾਂ ਸਾਰਾ ਜੀਵਨ ਇਤਿਹਾਸ ਅਤੇ ਸਾਡੀ ਜਿਹੜੀ ਗੁਰਬਾਣੀ ਦੇ ਦੁਆਲੇ ਘੁੰਮਣਾ ਚਾਹੀਦਾ ਹੈ। ਸੋ ਇੱਕ ਨੀਤੀ ਦੇ ਤਹਿਤ ਸਾਨੂੰ ਬ੍ਰੇਨ ਵਾਸ਼ ਕੀਤਾ ਜਾ ਰਿਹਾ ਹੈ ਤਾਂ ਕਿ ਅਸੀਂ ਆਪਣੀ ਵਿਲੱਖਣਤਾ ਛੱਡ ਬੈਠੀਏ ਅਤੇ ਆਮ ਦੇ ਵਿੱਚ ਆਮ ਰਲ ਜਾਈਏ। ਪਰ ਸਿੱਖ ਕੌਮ ਸ਼ੇਰਾਂ ਅਤੇ ਦਲੇਰਾਂ ਦੀ ਕੌਮ ਹੈ ਅਤੇ ਇਹ ਕਾਇਰਾਂ ਦੀ ਕੌਮ ਨਹੀਂ ਹੈ। ਸੋ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਉਹਨਾਂ ਨੌਜਵਾਨਾਂ ਨੂੰ ਜਿਹੜੇ ਪੜ੍ਹਨ ਦਾ ਰੁਝਾਨ ਨਹੀਂ ਰੱਖਦੇ, ਥੋੜ੍ਹਾ ਆਲਸ ਕਰ ਜਾਂਦੇ ਨੇ ਦਸ ਵਾਂਗੂ, ਪਰ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਯੂਟਿਊਬ ਦੇ ਉੱਤੇ ਜਾਂ ਨੈੱਟ ਦੇ ਉੱਤੇ ਬਥੇਰੀਆਂ ਵੀਡੀਓ ਸਾਡੇ ਇਤਿਹਾਸ ਅਤੇ ਗੁਰਬਾਣੀ ਕਥਾ ਵਿਚਾਰ ਅਤੇ ਹੋਰ ਸੂਰਮਤਾਈ ਵਾਲੀਆਂ ਜਿਹੜੀਆਂ ਵੀਡੀਓ ਸਾਡੇ ਯੋਧਿਆਂ ਦੀਆਂ ਉਹ ਪਈਆਂ ਹੋਈਆਂ, ਸੰਤ ਸਿਪਾਹੀ ਸੁਭਾਅ ਜਿਨ੍ਹਾਂ ਨੇ ਰੱਖਿਆ, ਜਿਨ੍ਹਾਂ ਨੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਇਸ ਨਾਰੇ 'ਤੇ ਪਹਿਰਾ ਵੀ ਦਿੱਤਾ ਹੈ। ਸੋ ਆਪਾਂ ਜਿੱਥੇ ਜੇ ਸੋਸ਼ਲ ਮੀਡੀਆ 'ਤੇ ਰਹਿੰਦੇ ਹਾਂ ਤਾਂ ਸੋਸ਼ਲ ਮੀਡੀਆ ਨੂੰ ਵੀ ਸਹੀ ਉਹਦੀ ਵਰਤੋਂ ਕਰਕੇ ਅਤੇ ਆਪਣਾ ਗਿਆਨ ਦੇ ਭੰਡਾਰੇ ਜਿਹੜੇ ਆ ਇਤਿਹਾਸ ਅਤੇ ਗੁਰਬਾਣੀ ਗੁਰਮਤ ਦੇ ਨਾਲ ਅਤੇ ਗੁਰੂ ਸਿਧਾਂਤ ਦੇ ਨਾਲ ਭਰੀਏ। ਇਹ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਔਰ ਜਿਹੜੇ ਦਮਦਮੀ ਟਕਸਾਲ ਦੇ 13ਵੇਂ ਮੁਖੀ ਸਨ ਉਹਨਾਂ ਦੇ ਜੀਵਨ ਗਾਥਾ ਜਿਹੜੀ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਔਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਔਰ ਸਮੁੱਚੇ ਸੰਤ ਸਮਾਜ ਨੇ ਜਿਹੜੀ ਹੈ ਉਹ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੈਕਟਰੀਏਟ ਤੋਂ ਜਿਹੜੀ ਆ ਅਰਦਾਸ ਕੀਤੀ ਗਈ ਹੈ। ਸੋ ਉਹਦੇ ਵਿੱਚ ਸੰਤਾਂ ਦਾ ਜੀਵਨ ਔਰ ਜਿਸ ਤਰ੍ਹਾਂ ਉਹਨਾਂ ਨੇ ਵੱਡੇ ਵੱਡੇ ਗਿਆਨੀ ਬਣਾਏ, ਜਿਹੜੇ ਤਖਤਾਂ 'ਤੇ ਸਿੰਘ ਸਾਹਿਬਾਨ ਲੱਗੇ, ਰਾਗੀ ਜਥੇ ਬਣਾਏ ਔਰ ਐਮਰਜੈਂਸੀ ਦੀ ਇੱਕ ਲੜਾਈ ਸਭ ਤੋਂ ਵੱਡੀ ਲੜਾਈ ਸੀ ਹਿੰਦੁਸਤਾਨ ਜਦੋਂ ਜੇਲ੍ਹਖਾਨਾ ਬਣਿਆ ਸੀ ਅਤੇ ਸਾਰੀ ਲੀਡਰਸ਼ਿਪ ਅੰਦਰ ਚਲੀ ਗਈ ਸੀ ਤਾਂ ਉਸ ਟਾਈਮ 'ਤੇ ਸੰਤਾਂ ਨੂੰ ਇਹ ਗੱਲ ਕਹੀ ਗਈ ਸੀ ਕਿ ਸੰਤਾਂ ਦੇ ਮੋਢਿਆਂ 'ਤੇ ਆ ਗਈ ਹੈ ਅਤੇ ਸੰਤ ਬਾਬਾ ਕਰਤਾਰ ਸਿੰਘ ਜੀ ਨੇ 36 ਪੰਜਾਬ 'ਚ ਅਤੇ 37 ਦਿੱਲੀ ਲੈ ਕੇ ਗਏ ਸੀ ਰਾਮਲੀਲਾ ਗਰਾਊਂਡ ਵਿੱਚ ਔਰ ਉਸ ਟਾਈਮ 'ਤੇ ਇੰਦਰਾ ਗਾਂਧੀ ਉੱਥੇ ਆਈ ਸੀ ਔਰ ਸੰਤਾਂ ਨੇ ਕਿਹਾ ਸੀ ਮੈਂ ਐਮਰਜੈਂਸੀ ਦੇ ਖਿਲਾਫ਼ ਹਾਂ, ਭਾਵੇਂ ਮੈਨੂੰ ਫਾਇਲ ਆ ਦਿਓ, ਭਾਵੇਂ ਮੈਨੂੰ ਮਾਰ ਦਿਓ, ਮੈਂ ਹਿੰਦੁਸਤਾਨ ਨੂੰ ਜੇਲ੍ਹਖਾਨਾ ਨਹੀਂ ਬਣ ਦੇਣਾ ਔਰ ਇਹ ਐਮਰਜੈਂਸੀ ਜਿਹੜੀ ਹੈ ਮੈਂ ਤੜਾ ਕੇ ਜਾਣਾ ਔਰ ਐਮਰਜੈਂਸੀ ਟੁੱਟੀ ਔਰ ਐਮਰਜੈਂਸੀ ਦੇ ਵਿੱਚ ਉਹਨੇ ਇੱਕ ਨਾਰਾ ਵੀ ਲਾਇਆ ਸੀ ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਇਹ ਨਾਰਾ ਜਿਹੜਾ ਸੀ ਘਰ ਘਰ ਗੂੰਜਿਆ ਔਰ ਇਸ ਨਾਰੇ 'ਤੇ ਪਹਿਰਾ ਵੀ ਉਹ ਦੇ ਕੇ ਗਏ ਔਰ ਉਹਨਾਂ ਦੇ ਵੱਡੇ ਸਪੁੱਤਰ ਭਾਈ ਅਮਰੀਕ ਸਿੰਘ ਜੀ ਜਦੋਂ ਅਕਾਲ ਤਖਤ ਸਾਹਿਬ 'ਤੇ ਹਮਲਾ ਆਇਆ ਔਰ ਸੰਤ ਬਾਬਾ ਜਰਨੈਲ ਸਿੰਘ ਜੀ ਅਤੇ ਬਾਕੀ ਸਿੰਘ ਉਸ ਨਾਰੇ ਤੋਂ ਉਹ ਵੀ ਪਹਿਰਾ ਦੇ ਕੇ ਜਾ ਵਾਬ ਕੀ ਉਹਦਾ ਨਿਦਾਨ ਬਣਿਆ ਅਤੇ ਹੀਰਨ ਮੈਂ ਤਾਂ ਵਜੂਜ ਮਰੋ ਉਹ ਸਿਧਾਂਤ 'ਤੇ ਚੱਲ ਕੇ ਅਤੇ ਉਹ ਉਹਨਾਂ ਨੇ ਇੱਥੇ ਜਿਹੜੀ ਸ਼ਹੀਦੀ ਪ੍ਰਾਪਤ ਕੀਤੀ ਔਰ ਉਹ ਵੀ ਜਿਹੜਾ ਸੀ ਸੰਤਾਂ ਦਾ ਜਿਹੜਾ ਜੀਵਨ ਆ ਔਰ ਸੰਤਾਂ ਦੀਆਂ ਘਾਲਣਾ ਪ੍ਰਚਾਰ ਕਰਨਾ ਔਰ ਘਰ ਘਰ ਸਿੱਖੀ ਪਹੁੰਚਾਉਣਾ ਉਹ ਅੱਜ ਇਸ ਪੁਸਤਕ ਵਿੱਚ ਸਾਰਾ ਲਿਖਿਆ। ਇਸ ਕਿਤਾਬ ਦਾ ਲੇਖਕ ਕੌਣ ਆ ਤੇ? ਇਹ ਡਾਕਟਰ ਅਮਰਜੀਤ ਕੌਰ ਜੀ ਬਣਦੇ ਔਰ ਦਾਸ ਦੀ ਵੀ ਨਾਲ ਬਹੁਤ ਵੱਡੀ ਸੇਵਾ ਕਿਉਂਕਿ ਮੈਂ ਉਹਨਾਂ ਨੂੰ ਇਤਿਹਾਸ ਲਿਖਾਉਂਦਾ ਰਿਹਾ, ਉਹ ਲਿਖਦੇ ਰਿਹਾ ਅਤੇ ਹੋਰ ਵੀ ਜਿਹੜੇ ਦਮਦਮੀ ਟਕਸਾਲ ਨਾਲ ਸੰਬੰਧਿਤ ਸਨ ਉਹਨਾਂ ਤੋਂ ਵੀ ਇਹ ਸਾਰਾ ਕੁਛ ਪੁੱਛਿਆ ਗਿਆ ਕਿ ਸੰਤਾਂ ਦੇ ਨਾਲ ਜਿਹੜੇ ਰਹੇ ਸੀ, ਗਿਆਨੀ ਜਸਵੰਤ ਸਿੰਘ ਸੀ, ਭਾਈ ਜਸਵੀਰ ਸਿੰਘ ਰੋਡੇ ਸੀ ਜਾਂ ਹੋਰ ਸਿੰਘ ਸੀ, ਸਿੰਘ ਸਾਹਿਬ ਗਿਆਨੀ ਰਾਮ ਸਿਓਣੀ, ਇਹ ਸਾਰਿਆਂ ਤੋਂ ਪੁੱਛਿਆ ਗਿਆ ਸੀ ਕਿ ਇਹ ਸੰਤਾਂ ਦੇ ਜੀਵਨ ਬਾਰੇ ਦੱਸੋ ਤਾਂ ਸਾਰਿਆਂ ਦੀ ਜੋ ਉਹਨਾਂ ਦੇ ਵੱਲੋਂ ਦੱਸਿਆ ਗਿਆ ਸੀ ਉਹ ਵੀ ਇਸ ਕਿਤਾਬ ਦਾ ਹਿੱਸਾ ਜਿਹੜਾ।